ਪੰਜਾਬ ਦੇ ਲੋਕੋ ਆਪਾਂ ਵੇਖਿਆ ਸੀਗਾ ਕਿ ਜੀਰਾ ਫੈਕਟਰੀ ਦਾ ਬੜਾ ਮੁੱਦਾ ਚੱਲਿਆ ਜੀਰੇ ਫੈਕਟਰੀ ਤੇ ਸਾਡੀਆਂ ਬੀਬੀਆਂ ਦੀ ਬੜੀ ਕੁੱਟਮਾਰ ਹੋਈ ਸਾਡੀਆਂ ਮਾਵਾਂ ਭੈਣਾਂ ਨੂੰ ਉੱਥੇ ਧੱਕੇ ਵੱਜੇ ਔਰ ਸਾਡੇ ਜਿਹੜੇ ਬਜ਼ੁਰਗ ਸੀਗੇ ਨੌਜਵਾਨ ਸੀ ਉਹਨਾਂ ਨੂੰ ਡਾਂਗਾ ਵੱਜੀਆਂ ਜਿਹੜੇ ਸੱਜਣਾ ਨੇ ਉੱਥੇ ਜੀਰੇ ਫੈਕਟਰੀ ਤੇ ਮੈਨੂੰ ਬੋਲਦੇ ਸੁਣਿਆ ਹੋਊਗਾ ਉਹ ਤਾਂ ਗੱਲ ਠੀਕ ਆ ਜਿਨੇ ਨਹੀਂ ਸੁਣਿਆ ਉਹ ਐਵੇਂ ਕਹਿ ਦਿੰਦੇ ਆ ਜੀ ਉੱਥੇ ਜਾ ਕੇ ਬੋਲਦਾ ਹੁਣ ਉੱਥੇ ਮੈਂ ਲਗਭਗ ਤਿੰਨ ਚਾਰ ਵਾਰ ਹੀ ਗਿਆ ਨਾ ਤਾਂ ਮੇਰਾ ਇੰਨਾ ਕੋਈ ਘਰ ਅਮੀਰ ਆ ਤੇ ਨਾ ਕੋਈ ਮੇਰੀ ਇੰਨੀ ਜੇਬ ਅਮੀਰ ਆ ਕਿ ਮੈਂ ਜਾ ਕੇ ਉੱਥੇ ਬਹਿ ਜਾਵਾਂ ਪਰ ਹਾਂ ਇੰਨੀ ਗੱਲ ਆ ਕਿ ਲੜਾਈ ਦੇ ਵਿੱਚ ਯੋਗਦਾਨ ਜ਼ਰੂਰ ਪਾਈਦਾ ਉਸ ਲੜਾਈ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਯੋਗਦਾਨ ਪਾਉਣਾ ਚਾਹੀਦਾ ਜਿਹੜੀ ਪੰਜਾਬ ਦੇ ਪ੍ਰਤੀ ਹੋਵੇ ਜਿਹੜੀ ਦੇਸ਼ ਦੇ ਪ੍ਰਤੀ ਹੋਵੇ ਹੁਣ ਮੈਂ ਗੱਲ ਕਰ ਲੱਗਿਆ ਸ਼ਰਾਬ ਫੈਕਟਰੀ ਜੀਰਾ ਦੀ ਜਿਹੜਾ ਮੁੱਦਾ ਚੱਲੀ ਗਿਆ 4-5 ਮਹੀਨੇ ਅੱਜ ਸਾਡੇ ਪੰਜਾਬ ਦੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਜੀ ਉਹ ਤਾਂ ਕੀ ਬੰਦ ਕਰ ਦਿੱਤਾ ਅਸੀਂ ਬੰਦ ਕਰਤੀ ਜੀਰਾ ਫੈਕਟਰੀ ਫਲਾਨਾ ਢੋਂਕਾ ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਉੱਥੇ ਕਐਮਐਲਏ ਵੀ ਪਹੁੰਚੇ ਇਹਨਾਂ ਦਾ ਉਹ ਕਹਿੰਦਾ ਵੀ 92 ਐਮਐਲਏ ਚਾਹੇ ਤਾਂ ਤੁਸੀਂ ਮਾੜੇ ਬਣਾਤੇ ਤਾਂ ਮਾੜੇ ਵੀ ਤੁਸੀਂ ਚੁਣੇ ਗੱਲ ਉਹਦੀ ਸਹੀ ਹੈ ਜੇ ਤੁਸੀਂ ਚੰਗੇ ਚੁਣੇ ਤਾਂ ਭਾਈ 92 ਵੀ ਤੁਸੀਂ ਚੁਣੇ ਹੁਣ ਉਹਨਾਂ ਦਾ ਗੱਲ ਕਹਿ ਕੇ ਇੱਥੇ ਗੱਲ ਹੋ ਗਈ ਮਾਨ ਸਾਹਿਬ ਤਾਂ ਪਹਿਲੇ ਹੀ ਐ ਕਹਿੰਦੇ ਸੀ ਯਾਹ ਕਹਿੰਦੇ ਸੀ ਕਿ ਉਹ ਤਾਂ ਬੜਾ ਫਲਾਣਾ ਟੋੰਕਾ ਮੈਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਜਾਂ ਜਿਹੜੇ ਮੇਰੇ ਵਰਗੇ ਮਜ਼ਦੂਰ ਉੱਥੇ ਗਏ ਆ ਆਪਾਂ ਨੂੰ ਬਹੁਤੀ ਖੁਸ਼ ਹੋਣ ਦੀ ਢੇਰ ਨਹੀਂ ਗਈ ਲੋੜ ਨਹੀਂ ਗਈ ਬਾਲੀ ਮੈਂ ਤੁਹਾਨੂੰ ਦੱਸਾਂ ਵੀ ਆਪਾਂ ਬਾਲੇ ਖੁਸ਼ ਹੋ ਜਾਗੇ ਉਹ ਸਾਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ ਕਾਰਨ ਇਹ ਆ ਕਿ ਉਹ ਫੈਕਟਰੀ ਕਿਸੇ ਮੰਤਰੀ ਨੇ ਬੰਦ ਕੀਤੀ ਜਾਂ ਨਹੀਂ ਕਰਾਈ ਉਹ ਫੈਕਟਰੀ ਆਪਾਂ ਬੰਦ ਕਰਾਈ ਆ ਇਸ ਗੱਲ ਤੇ ਸ਼ਾਬਾਸ਼ੇ ਬੰਦੀ ਆ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਜੇ ਅਸੀਂ ਇੱਕ ਗੱਵੇ ਸਾਡੇ ਮੰਤਰੀ ਸੁਣ ਲੱਗ ਗਏ ਆ ਜਿਹੜੀ ਚੀਜ਼ ਦੇ ਸਾਨੂੰ ਪੰਜ ਪੰਜ ਮਹੀਨੇ ਧਰਨੇ ਲਾਉਣੇ ਪੈਣ ਅੱਛਾ ਜੇ ਧਰਨਾ ਲੱਗਿਆ ਅੱਖੇ ਤੂੰ ਅੱਖੇ ਤੂੰ ਤਾਂ ਮਾਰਨੇ ਦੀ ਕੋਈ ਕਸਰ ਨਾ ਛੱਡੀ ਬੱਸ ਰੱਬ ਨੇ ਹੀ ਰੱਖ ਲੈ ਅੱਜ ਮੈਂ ਉਹਨਾਂ ਮੰਤਰੀਆਂ ਨੂੰ ਕਹਿਣਾ ਚਾਹੁੰਨਾ ਜਿਹੜੇ ਮੰਤਰੀ ਕੱਲ ਨੂੰ ਇਹ ਗੱਲ ਕਰਨਗੇ ਕਿ ਸਾਨੂੰ ਕਿਸਾਨ ਦਾ ਬਹੁਤ ਫਿਕਰ ਆ ਜਾਂ ਜਿਹੜਾ ਕੋਈ ਕੱਲ ਨੂੰ ਐਮਐਲਏ ਉੱਠ ਕੇ ਕਵੇ ਕਿ ਸਾਨੂੰ ਕਿਸਾਨਾਂ ਦਾ ਬਹੁਤ ਫਿਕਰ ਆ ਮਜ਼ਦੂਰਾਂ ਦਾ ਬਹੁਤ ਫਿਕਰ ਆ ਤੁਹਾਨੂੰ ਪੋਰਾ ਵੀ ਫਿਕਰ ਨਹੀਂ ਇਹ ਗੱਲ ਯਾਦ ਰੱਖੋ ਇਹ ਜਿਹੜੀ ਫੈਕਟਰੀ ਆ ਅਗਲੇ ਆਨੇ ਬੰਦ ਕਰਾਈ ਆ ਤੁਸੀਂ ਬੰਦ ਨਹੀਂ ਕੀਤੀ लाठी चार्ज ਉਹਨਾਂ ਨੇ ਝੱਲੇ ਜਿਹੜਾ ਕਹੇ ਧੁੱਪਾਂ ਉਹਨਾਂ ਨੇ ਝੱਲੀਆਂ ਮੈਂ ਭਰੀ ਗਰਮੀ ਚ ਵੀ ਗਿਆ ਸੀ ਉੱਥੇ ਤੇ ਠੰਡਾ ਉਹਨਾਂ ਨੇ ਚੱਲੀਆਂ ਆਹ ਠੰਡ ਹੋ ਨੰਗੀਆ ਅਸਲ 'ਚ ਨੰਗ ਗਈ ਅਸਲ ਦੇ ਵਿੱਚ ਤਾਂ ਧੁੰਦਾ ਪੈਂਦਿਆਂ ਰਿਆਂ ਧੁੰਦਾਂ ਦੇ ਵਿੱਚ ਉੱਥੇ ਬੈਠੇ ਰਹੇ ਔਰ ਜਿਹੜੇ ਨੌਜਵਾਨਾਂ ਨੂੰ ਤੁਸੀਂ ਅੰਦਰ ਕੀਤਾ ਪਰਚੇ ਕੀਤੇ ਉਹ ਤੁਸੀਂ ਭੁੱਲ ਗਏ ਯਕਦਾਂ ਮੈਂ ਪੁੱਛਣਾ ਚਾਹੁੰਦਾ ਸਾਡੀ ਸਰਕਾਰ ਕੋਲੋਂ ਕਿ ਤੁਸੀਂ ਲੋਕ ਬੰਦ ਨਹੀਂ ਕਰਨ ਵਾਲੇ ਤੁਹਾਡੇ ਤੋਂ ਕਰਾਈ ਆ ਲੋਕਾਂ ਨੇ ਪਬਲਿਕ ਨੇ ਬੰਦ ਕਰਵਾਈ ਆ ਤਾਂ ਮੇਰੇ ਵਰਗਾ ਉੱਥੇ ਜਾ ਕੇ ਕਿਉਂ ਬੋਲਦਾ ਸੀ ਕਿਉਂ ਕਿ ਉਹ ਪੰਜਾਬ ਦੀ ਲੜਾਈ ਆ ਜੇ ਉਹ ਤੇ ਨਾ ਜਾਂਦੇ ਤਾਂ ਕੱਲ ਨੂੰ ਹੋ ਸਕਦਾ ਉਹੀ ਫੈਕਟਰੀ ਤੁਸੀਂ ਮੇਰੇ ਪਿੰਡ ਲਾ ਦੋ ਕਿਤੇ ਹੋਰ ਲਾ ਦੋ ਪਰ ਉਹ ਫੈਕਟਰੀ ਬੰਦ ਕਰਾਉਣ ਦੇ ਪਿੱਛੇ ਕਿਸਾਨ ਤੇ ਮਜ਼ਦੂਰ ਦਾ ਹੱਥ ਆ ਤੁਹਾਡਾ ਕੋਈ ਵੀ ਹੱਕ ਨਹੀਂਗਾ ਤੁਹਾਡਾ ਬਸ ਇੰਨਾ ਕਾ ਵੀ ਅਗਲੇ ਨੇ ਹੱਕ ਆਉਂਦਾ ਲਿਆ ਹੁਣ ਇੱਥੇ ਕੀ ਹੁੰਦਾ ਅਸੀਂ ਦੇਖਦੇ ਆ ਜੀ ਉਹਨੇ ਕਹਤਾ ਅਸੀਂ ਜੀ ਫੈਕਟਰੀ ਬੰਦ ਕਰਤੀ ਸਾਨੂੰ ਲੱਗਿਆ ਕੇ ਕਿਸਾਨ ਸਾਡਾ ਦੁਖੀ ਆ ਸਾਨੂੰ ਲੱਗਿਆ ਕਿ ਪਾਣੀ ਖਰਾਬ ਹੋ ਰਿਹਾ ਅਸੀਂ ਮਿੰਟਾਂ ਜੀ ਇੱਕ ਤੁਸੀਂ ਇੱਕ ਨਵੀਂ ਗੱਲ ਜੀ ਫੜ ਲੈਨੇ ਆ ਕਿ ਆ ਫਲਾਨਾ ਪਾਣੀ ਦੀ ਸਾਨੂੰ ਬੜੀ ਪਰਵਾ ਜੇ ਭਲਿਓ ਮਾਨਸੋ ਪਾਣੀ ਦੀ ਤੁਹਾਨੂੰ ਪ੍ਰਵਾਹ ਹੁੰਦੀ ਨਾ ਇਹ ਫੈਕਟਰੀ ਉਥੋਂ ਦੇ ਕਿਸਾਨਾਂ ਨੇ ਨਹੀਂ ਬੰਦ ਕਰਾਉਣੀ ਸੀ ਤੁਸੀਂ ਬੰਦ ਕਰਾਉਣੀ ਸੀ ਤੁਸੀਂ ਪੁਲਿਸ ਇੱਕ ਵਿਅਕਤੀ ਪਿੱਛੇ ਉਹ ਜਿਹੜੇ ਆਪਣਾ ਮਲੋਤਰਾ ਮਲੋਤਰਾ ਵਜਦੇ ਸੀ ਇੱਕ ਵਿਅਕਤੀ ਪਿੱਛੇ ਤੁਸੀਂ ਕਿੰਨੀ ਫੋਰਸ ਭੇਜੀ ਇੱਕ ਵਿਅਕਤੀ ਪਿੱਛੇ ਤੁਸੀਂ ਕਿੰਨੇ ਲੋਕਾਂ ਨੂੰ ਕਟਵਾਇਆ ਵੇਖੋ ਬਜ਼ੁਰਗਔਰਤਾਂ ਨੂੰ ਧੱਕੇ ਵੱਜੇ ਉੱਥੇ ਤੇ ਤੁਸੀਂ ਅੱਜ ਜੇ ਕਹੋ ਸਾਰਾ ਆਪਦੇ ਆਪ ਨੂੰ ਸ਼ਾਵਸ਼ੇ ਦੇਈ ਜਾਓ ਤਾਂ ਮਾਨਸਾ ਮੈਥੋਂ ਨਹੀਂ ਇਹ ਗੱਲ ਬਰਦਾਸ਼ਤ ਹੁਣੀ ਮੇਰੇ ਪੇਪਰ ਸੀਗੇ ਉੱਧਰ ਜਦੋਂ ਮੈਂ ਉੱਧਰ ਜਾਣਾ ਪੁਲਿਸ ਦਿੱਲੀ ਨਵੀਂ ਤੇ ਨਵੀਂ ਆ ਜਾ ਕਰੇ ਮੈਂ ਖੇ ਕੀ ਹੋ ਰਿਹਾ ਇਹ ਕੋਈ ਭਾਈ ਸਾਹਿਬ ਮੈਂ ਫਿਰ ਤੋਂ ਕਹਿ ਰਿਹਾ ਕਿ ਵੇਖੋ ਜੇ ਕਿਤੇ ਕਿਸਾਨ ਵੀਰੋ ਉਹ ਸ਼ਰਾਬ ਫੈਕਟਰੀ ਦੀ ਲੜਾਈ ਲੜਨ ਆ ਰਹੇ ਹੋ ਵੀਰੋ ਔਰ ਉੱਥੇ ਮਜ਼ਦੂਰ ਜਾਣ ਵਾਲੇ ਔਰ ਉੱਥੇ ਹਰ ਲੋਕ ਜਿੰਨੇ ਲੋਕ ਪਹੁੰਚੇ ਉੱਥੇ ਪੰਜਾਬ ਦੀ ਆਵਾਜ਼ ਪਹੁੰਚੀ ਉੱਥੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਹ ਫੈਕਟਰੀ ਇਹ ਸਰਕਾਰ ਨੇ ਬੰਦ ਨਹੀਂ ਕੀਤੀ ਤੁਸੀਂ ਕਰਾਈ ਆ ਮੈਨੂੰ ਇਹ ਕਮੈਂਟ ਚੰਗੇ ਨਹੀਂ ਲੱਗੇ ਜਿਹੜੇ ਇਹਨਾਂ ਦੇ ਪੱਖਬਾਜੀ ਵਾਲੇ ਬੰਦੇ ਕਹਿੰਦੇ ਵਾਕਈ ਅਖੇ ਅਖੇ ਮਾਨਸਾ ਵਕੇ ਮਾਨਸਾ ਕੀ ਮਾਨਸਾ ਭਰਾ 5 ਮਹੀਨੇ ਹੋ ਗਏ ਥੋਡੀ ਸਰਕਾਰ ਚ ਬੈਠੇ ਆ 5 6 ਮਹੀਨੇ ਧਰਨੇ ਤੇ ਬੈਠੇ ਆ ਧਰਨਾ ਲਾ ਕੇ ਬੰਦ ਕਰਵਾਈ ਆ ਕੋਈ ਕਿਸੇ ਨੇ ਐਵੇਂ ਥੋੜਾ ਕਰਤੀ ਆ ਸਵਾਦ ਤਾਂ ਤਾਂ ਸੀ ਨਾ ਆਪਾਂ ਵੇਖਿਆ ਜਦੋਂ ਇੱਕ ਕਿਸੇ ਬੱਚੀ ਦਾ ਬਲਾਤਕਾਰ ਹੋ ਜਾਏ ਤਾਂ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਇਨਸਾਫ ਲਾਉਣ ਵਾਸਤੇ ਤੇ ਜੇਕਰ ਲੋਕ ਧਰਨੇ ਲਾ ਕੇ ਇਨਸਾਫ ਲੈ ਲੈਣ ਤੇ ਕੱਲ ਨੂੰ ਉਹ ਵਿਅਕਤੀ ਕਵੇ ਜਾਂ ਕੋਈ ਮੰਤਰੀ ਉੱਠ ਕੇ ਕਹੇ ਅਸੀਂ ਕਿਸੇ ਦਾ ਮਤਲਬ ਇਹ ਕੰਮ ਨਹੀਂ ਚੱਲ ਸਕਦੇ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਅਸੀਂ ਐ ਕਰਨ ਵਾਲੇ ਇਹ ਗੱਲਾਂ ਬਾਅਦ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਜੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੁੰਦੇ ਤਾਂ ਧਰਨੇ ਨਹੀਂ ਲੱਗਣੇ ਸੀ ਆ ਮੈਪਾ ਵੇਖਿਆ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਕਿਸੇ ਦਾ ਕਤਲ ਹੋ ਜਾਂਦਾ ਤਿੰਨ ਤਿੰਨ ਦਿਨ ਲਾਸ਼ ਪਈ ਰਹਿੰਦੀ ਆ ਡੀਸੀ ਦਫ਼ਤਰਾਂ ਦੇ ਸਾਹਮਣੇ ਸੜਕਾਂ ਜਾਮ ਹੋ ਜਾਂਦੀਆਂ ਕੀ ਦਾ ਕਸੂਰ ਇਹਦੇ ਵਿੱਚ ਕੀ ਉੱਥੇ ਨਹੀਂ ਤੁਸੀਂ ਕਹੋਗੇ ਕਿ ਕਸੂਰ ਸਾਡਾ ਮੈਂ ਫਿਰ ਤੋਂ ਕਹਿ ਰਿਹਾ ਕਿ ਇਹ ਫੈਕਟਰੀ ਪਬਲਿਕ ਨੇ ਬੰਦ ਕਰਾਈ ਆ ਕਿਸੇ ਸਰਕਾਰ ਨੇ ਬੰਦ ਨਹੀਂ ਕੀਤੀ ਹੁਣ ਤੁਹਾਨੂੰ ਵੈਸੇ ਵੀ ਬੰਦ ਦੀ ਸੀ ਉਹ ਫੈਕਟਰੀ ਤੁਹਾਡੀ ਵਿਅਕਤੀਆਂ ਦੇ ਬਿਆਨ ਸੀ ਕਿ ਪਾਣੀ ਚੰਗਾ ਤੁਹਾਡੀ ਵਿਅਕਤੀਆਂ ਦੇ ਬਿਆਨ ਸੀ ਗੱਲ ਚੱਲ ਰਹੀ ਆ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾਇਆ ਸੀ ਮੈਂ ਨਹੀਂ ਬਣਾਇਆ ਮੈਂ ਤਾਂ ਆਪ ਐਮਐਲਏ ਖੜਾ ਸੀ ਪਰ ਜਿਹੜੀ ਜਿਹੜੀ ਪਬਲਿਕ ਨੇ ਜਿੰਨਾ ਐਮਐਲਏ ਨੂੰ ਬਣਾਇਆ ਅੱਜ ਉਹ ਐਮਐਲਏ ਕੋਤ ਸਮੇਂ ਵੇਖਣ ਨੂੰ ਰਹਿ ਗਏ ਆਖੇ ਮੇਰੇ ਨੈਣ ਤਰਸਦੇ ਮੇਰੇ ਤੋਂ ਨੈਣ ਵੇ ਉਹ ਨੈਣ ਤਰਸਦੇ ਰਹਿ ਗਏ ਤੁਹਾਨੂੰ ਵੇਖਣ ਨੂੰ ਸਿਰਫ ਅੱਜ ਕੱਲ੍ਹ ਭਗਵਾਨ ਤਮਨ ਦੀ ਸ਼ਕਲ ਵੇਖਣ ਨੂੰ ਮਿਲਦੀ ਆ ਮੈਂ ਮਾਫੀ ਚ ਉਹ ਨਾ ਕੋਈ ਗਲਤ ਗੱਲ ਨਹੀਂ ਕਰ ਰਿਆ ਇਹ ਕੋਈ ਬਹੁਤੀ ਚੰਗੀ ਮੈਂ ਫਿਰ ਤੋਂ ਕਹਿ ਰਿਹਾ ਹੁਣ ਇੱਥੇ ਮੈਂ ਜਿਹੜੇ ਸਾਡੇ ਉਹ ਪੰਜਾਬ ਦੀ ਪਬਲਿਕ ਆ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਉੱਥੇ ਜੋਰ ਲਾਇਆ ਜਿਨ੍ਹਾਂ ਨੇ लाठी चार्ज ਕਿੜਾਇਆ ਆਪਦੇ ਆਪ ਤੇ ਜਿਨ੍ਹਾਂ ਨੇ ਸਾਡੀਆਂ ਉਹਨਾਂ ਮਾਵਾਂ ਨੂੰ ਜਿਹੜੀਆਂ ਮਾਵਾਂ ਨੂੰ ਧੱਕੇ ਵੱਜੇ ਅਸੀਂ ਤੇ ਆਦੀ ਮਾਂ ਨੂੰ ਮਾਤਾ ਜੀ ਮਾਤਾ ਜੀ ਆਣੇ ਆ ਇਹਨੇ ਸਾਡੀ ਮਾਂ ਨੂੰ ਧੱਕੇ ਮਰਵਾਏ ਅਸਲ 'ਚ ਮੈਂ ਇੱਥੇ ਕੋਈ ਰਾਜਨੀਤੀ ਕੋਈ ਗੱਲ ਨਹੀਂ ਕਰ ਰਿਹਾ ਕੋਈ 이슈 ਹੀ ਧੱਕੇ ਸੱਚੇ ਨਹੀਂ ਮਰਵਾਏ ਅਸਲ 'ਚ ਇਹਨਾਂ ਨੂੰ ਪਤਾ ਨਹੀਂਗਾ ਪ੍ਰਸ਼ਾਸਨ ਇਹਨਾਂ ਨੂੰ ਚਲਾ ਰਿਹਾ ਸਹੀ ਮੈਨੇ ਦੇ ਵਿੱਚ ਤਾਂ ਗੱਲ ਇਹ ਆ ਆਪਾਂ ਵੇਖਦੇ ਹਾਂ ਜਦੋਂ ਮੁੱਖ ਮੰਤਰੀ ਕੋਈ ਵੀ ਲੰਘਦਾ ਹੱਥੋਂ ਦੀ ਤਾਂ ਕੀ ਹੁੰਦਾ ਹੱਥੋਂ ਜਦੋਂ ਲੰਘਦਾ ਤੇ ਉਹ ਜਿਹੜਾ ਕੱਲ ਪਬਲਿਕ ਰੋਕੀ ਜਾਂਦੀ ਆ ਉਹਨਾਂ ਦੀਆਂ ਗੱਡੀਆਂ ਲੰਘ ਜਾਂਦੀਆਂ ਚਾਹੇ 110 ਹੋਣ ਤੇ ਚਾਹੇ 43 ਗੱਡੀਆਂ ਹੋਣ ਹੁਣ ਆਪਾਂ ਕਹਿੰਨੇ ਵੀ ਇਹ ਉਹਨੇ ਰੋਕਨਾ ਭਗਵੰਤ ਨਹੀਂ ਉਹਨੇ ਨਹੀਂ ਰੋਕੀਆਂ ਇਹ ਰੋਕੀਆਂ ਗੀਆਂ ਜਿਹੜੀ ਇਹਨਾਂ ਦੀ ਜਿਹੜਾ ਕੱਲ ਪ੍ਰਸ਼ਾਸਨ ਵੱਲੋਂ ਤੇ ਇਹ ਤੁਸੀਂ ਦਿਮਾਗ ਦੇ ਵਿੱਚੋਂ ਗੱਲ ਕੱਢ ਦੋ ਮੁੱਖ ਮੰਤਰੀ ਜੀ ਕਿ ਤੁਸੀਂ ਸਰਕਾਰ ਚਲਾ ਰਹੇ ਆ ਨਹੀਂ ਸਰਕਾਰ ਤੁਹਾਡਾ ਪ੍ਰਸ਼ਾਸਨ ਚਲਾ ਰਿਹਾ ਚਲਾਉਂਦਾ ਆ 2027 ਦੇ ਵਿੱਚ ਜੇ ਤੁਹਾਨੂੰ 5 ਸੀਟਾਂ ਮਿਲ ਗਈਆਂ ਤਾਂ ਮੈਨੂੰ ਟੱਕਰ ਲਓ ਜੀ ਯਾਦ ਰੱਖਿਆ ਜੇ ਇਹ ਲੋਕ ਕੇ ਜਨਤਾ ਮਤਲਬ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਕਹਿੰਦੇ ਫਿਰ ਗੱਲ ਕਰਾਂਗੇ ਇਸ ਮੁੱਦੇ ਤੇ ਕੱਲ੍ਹ ਦੇ ਜੇ ਕੋਈ ਆਪ ਕੋਈ ਆਪ ਦਾ ਚੰਗਾ ਚੈਨਲ ਹੋ ਗੱਲਬਾਤ ਕਰ ਲੂਗੇ ਇਸ ਮਸਲੇ ਤੇ ਉਹ ਦੱਸ ਦੂੰਗਾ ਵੀ ਕਿਵੇਂ ਕਿਵੇਂ ਚਲਾਉਣਾ ਤਾਂ ਚਲਾ ਲਓ ਪਰ ਇੱਥੇ ਮੈਂ ਇਹ ਕਹਿ ਰਿਹਾ ਕਿ ਉਹ ਮਾਤਾ ਨੂੰ ਧੱਕੇ ਵੱਜੇ ਪ੍ਰਸ਼ਾਸਨ ਵੱਲੋਂ ਮਰਵਾਏ ਗਏ ਕਿਉਂਕਿ ਉਹਨਾਂ ਨੂੰ ਪਿੱਛੋਂ ਹਦੇ ਸੀਗੇ ਮੁੱਖ ਮੰਤਰੀ ਦੇ ਕਿ ਆਪਾਂ ਖਸਾਨ ਪਹੁੰਚਾਉਣੇ ਹੈਗੇ ਇਥੋਂ ਤੇ ਉਹ ਉਹ ਫਿਰ ਉਹ ਅੱਗੋਂ ਉਹਨੂੰ ਹੁਕਮ ਆਇਆ ਜਿੰਨੇ ਅੱਗੇ ਹੁਕਮ ਦੇਤਾ ਜੋ ਹੁੰਦਾ ਕਰ ਦੋ ਪਰ ਭੱਜਨੇ ਚਾਹੀਦੇ ਆ ਪਰ ਅੱਗੋਂ ਵੀ ਪੰਜਾਬ ਦੇ ਵਿਅਕਤੀ ਸੀ ਭੱਜੇ ਨਹੀਂਗੇ ਯਾਦ ਰੱਖਦੇ ਆ ਇਹ ਗੱਲ ਨੂੰ ਬੈਠੇ ਉੱਤੇ ਧੱਕੇ ਖਾਦੇ ਸਾਡੀਆਂ ਮਾਵਾਂ ਨੂੰ ਕੁੱਤਿਆਂ ਨੂੰ ਫੜ ਕੇ ਘੜੀਸਾ ਗਿਆ ਭਾਵੇਂ ਉਹ ਵੀਡੀਓ ਸਾਹਮਣੇ ਨਹੀਂ ਆਈਆਂ ਪਰ ਧੱਕੇ ਵਜਦਿਆਂ ਦੀਆਂ ਵੀਡੀਓ ਸਾਹਮਣੇ ਆਂ ਮੈਂ ਉਹਨਾਂ ਕੋਲ ਬੈਠਾ ਰਿਆ ਸਾਰੀ ਗੱਲਬਾਤ ਕੀਤੀ ਤੇ ਜੇ ਅੱਜ ਧੱਕੇ ਖਾ ਕੇ ਉਹ ਸਾਡੀਆਂ ਮਾਵਾ ਮਾਵਾਂ ਪੈਣਾ ਛੜਕਾਂ ਤੇ ਲੋਟਣੀਆਂ ਲਵਾ ਕੇ ਤੁਸੀਂ ਉਹਨਾਂ ਦੀਆਂ लाਠੀ ਚਾਰ ਸਾਡੇ ਬਜ਼ੁਰਗਾਂ ਦੇ ਕਰਵਾ ਕੇ ਉਹਨਾਂ ਨੂੰ ਠੰਡਾ ਚ ਮਰਵਾ ਕੇ ਆ ਪੰਜ ਪੰਜ 6 6 ਮਹੀਨੇ ਚ ਤਿੰਨ ਚਾਰ ਮੌਤਾ ਕਰਵਾ ਕੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਫੈਕਟਰੀ ਬੰਦ ਕੀਤੀ ਹੈ ਮੈਂ ਤਾਂ ਤੁਹਾਡੇ ਵਹਿਮ ਕੱਢਿਆ ਕਿ ਤੁਹਾਡਾ ਵਹਿਮ ਆ ਇਹ ਫੈਕਟਰੀ ਬੰਦ ਕਰਵਾਈ ਕਿਨੇ ਆ ਪਬਲਿਕ ਨੇ ਕਰਵਾਈ ਆ ਕਿਸਾਨ ਮਜ਼ਦੂਰਾਂ ਨੇ ਕਰਵਾਈ ਆ ਤੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਦਿੰਨੇ ਇਸ ਗੱਲ ਦੀਆਂ ਪੰਜਾਬ ਦੇ ਵੀਰੋ ਤੁਹਾਨੂੰ ਮੁਬਾਰਕਾ ਹੁਣ ਪਰ ਇਹ ਮੁਬਾਰਕਾ ਉਹਨਾਂ ਨੂੰ ਚੰਗੀਆਂ ਨਹੀਂ ਲੱਗਣੀਆਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਸ਼ਰਾਬ ਫੈਕਟਰੀ ਦਾ ਕੀ ਨੁਕਸਾਨ ਸੀ ਕੀ ਨਹੀਂਗਾ ਜਾਂ ਕੀ ਸ਼ਰਾਬ ਫੈਕਟਰੀ ਲਾਉਣੀ ਹੈ ਕੋਈ ਰੇਗਿਸਤਾਨ ਏਰੀਆ ਵਾਧੂ ਪਏ ਉੱਥੇ ਜਾ ਕੇ ਲਾ ਲਓ ਯਾਦ ਰੱਖੋ ਜਿਹੜਾ ਪਕੈਨਾ ਰੋਈ ਬੀਆ ਬਾਨ ਜੀ ਇੱਥੇ ਕੋਈ ਯੱਤ ਬੇਟੂ ਬੇ ਪਏ ਉੱਥੇ ਜਾ ਕੇ ਲਾ ਲਓ ਕੋਈ ਫੈਕਟਰੀ ਇਹ ਨਹੀਂ ਗੱਲ ਵੀ ਕੋਈ ਬੰਦ ਕਰ ਦੋ ਜਾਂ ਕਿਵੇਂ ਦੀਮਲੋਤਰਾ ਲਾ ਲਓ ਫੈਕਟਰੀ ਮੈਂ ਭਰਾ ਨੂੰ ਕਹਿੰਦਾ ਜਾ ਕੇ ਪਰਮਿਸ਼ਨ ਪ੍ਰਮੋਸ਼ਨ ਲੈ ਜਿਹੜੀ ਤੂੰ ਇੱਥੇ ਖਰਚਾ ਕਰਤਾ ਨਾ ਸੀਐਮ ਨੂੰ ਜਿਆ ਮੰਨੋ ਸੀਐਮ ਤੇ ਖਰਚਾ ਕਰਤਾ ਜਾਂ ਕਿਸੇ ਤੇ ਅਸਲ ਦੇ ਵਿੱਚ ਇੰਨੀ ਕੋਈ ਜਿਹੜੀ ਪੁਲਸ ਦੇਣੀ ਕੋਈ ਖਾਲਾ ਹੀ ਦਾ ਵੜਾ ਥੋੜਾ ਮੰਨਦੇ ਨਾ ਇਹ ਗੱਲ ਸਾਰੇ ਮੰਤਰੀਆਂ ਨੇ ਤੁਹਾਡੇ ਹੱਕ ਦੀ ਗੱਲ ਕੀਤੀ ਕੋਈ ਖਾਲਾ ਹੀ ਦਾ ਵੜਾ ਥੋੜਾ ਇਸ ਕਰਕੇ ਉਹ ਸਮਾਂ ਦੀ ਨਾ ਤੁਸੀਂ ਕਿਤੇ ਹੋਰ ਦੂਜੀ ਫੈਕਟਰੀ ਲਾ ਲੈਂਦੇ ਚਲੋ ਕੀ ਕਰ ਸਕਦੇ ਆ ਤੁਸੀਂ ਹਿੰਦ ਤੇ ਪੱਕ ਕੇ ਅਗਲੇ ਨੇ ਬੰਦ ਕਰਾ ਲਈ ਤੇ ਵਧਾਈ ਹੋਵੇ ਬਹੁਤ ਬਹੁਤ ਤੇ ਮੇਰੀ ਇਹ ਪੰਜਾਬ ਸਰਕਾਰ ਨੂੰ ਹੀ ਬੇਨਤੀ ਆ ਕਿ ਅੱਗੇ ਤੋਂ ਭਾਈ ਸਾਹਿਬ ਤੁਸੀਂ ਇਹ ਨਾ ਗੱਲ ਹਾਂ ਜਿੱਥੇ ਤੁਹਾਡਾ ਕਰਦਾਰ ਬੰਦਾ ਹੋਊਗਾ ਉੱਥੇ ਮੈਂ ਤੁਹਾਡੀ ਜੇ ਸਚਾਈ ਤੇ ਹੋਊਂਗੇ ਉੱਥੇ ਮੈਂ ਤੁਹਾਡਾ ਪੱਖ ਲੈਣ ਵਾਸਤੇ ਵੀ ਖੜਾ ਆ ਯਾਦ ਰੱਖ ਲੋ ਪਰ ਇਹ ਸ਼ਰਾਬ ਫੈਕਟਰੀ ਤੁਸੀਂ ਬੰਦ ਨਹੀਂ ਕਰ ਰਹੇ ਉਹ ਬੰਦ ਕਰਵਾਗੇ ਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਨਾ ਯਾਰ ਮਾਰਾਂ ਖਾਦੀਆਂ ਕੁੱਟਾਂ ਖਾਦੀਆਂ ਤੇ ਜੇ ਭਲਿਓ ਮਾਨਸੂ ਕੁੱਟਾਂ ਖਾ ਕੇ ਫੈਕਟਰੀ ਬੰਦ ਕਰਾਈ ਤਾਂ ਤੁਸੀਂ ਨਹੀਂ ਕੀਤੀ ਅਸਾਂ ਕਰਾਈ ਆ ਉਹ ਲੋਕਾਂ ਨੇ ਕਰਾਈ ਆ ਯਾਦ ਰੱਖੋ ਤੇ ਜਿਹੜੇ ਪੰਜਾਬ ਦੇ ਉੱਥੇ ਬੁਲਾਰੇ ਕਹੂੰਗਾ ਮੈਂ ਤਾਂ ਜਿਹੜੇ ਉੱਥੇ ਵੀਰ ਪਹੁੰਚੇ ਸੀਗੇ ਬੜੇ ਸਤਿਕਾਰਯੋਗ ਸੀ ਬੜਾ ਤੁਸੀਂ ਯੋਗਦਾਨ ਪਾਇਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ